ਜ਼ਿਲ੍ਹਾ ਨਵਾਂਸ਼ਹਿਰ 'ਚ ਵੀ ਵੰਡੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਮਾਰਟ ਫੋਨ ਟੈਬਲੇਟ। ਜ਼ਿਲ੍ਹਾ ਨਵਾਂਸ਼ਹਿਰ 'ਚ ਬੱਚਿਆਂ ਨੂੰ ਕੁੱਲ 59 ਸਮਾਰਟ ਟੈਬਲੇਟ ਫੋਨ ਵੰਡੇ। ਅੱਜ ਪੰਜਾਬ ਸਰਕਾਰ ਵੱਲੋਂ ਆਪਣੇ ਚੋਣਾਂ ਵਿੱਚ ਵਾਅਦੇ ਕੀਤੇ ਮੁਤਾਬਿਕ ਨੂੰ ਪੂਰਾ ਕਰਨ ਲਈ ਪੰਜਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਇੱਕ ਵੀਡੀਓ ਵਰਚੁਅਲ ਮੀਟਿੰਗ ਰਾਹੀਂ ਪੰਜਾਬ ਵਿੱਚ 2,650 ਦੇ ਕਰੀਬ ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਸਮਾਰਟ ਟੈਬਲੇਟ ਫੋਨ ਵੰਡਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸੈਣੀ ਵੱਲੋਂ ਪਿੰਡ ਚੂਰਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਇੱਕ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੁਝ ਬੱਚਿਆਂ ਨੂੰ ਇਹ ਸਮਾਰਟ ਟੈਬਲੇਟ ਫੋਨ ਵੰਡੇ ਗਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ SDM ਨਵਾਂਸ਼ਹਿਰ ਅਤੇ ਸਕੂਲ ਸਟਾਫ ਅਤੇ ਪਿੰਡ ਦੀ ਪੰਚਾਇਤ ਮੈਂਬਰ ਵੀ ਹਾਜ਼ਰ ਸਨ। ਬਹੁਤ ਹੀ ਸਤਿਕਾਰਯੋਗ, ਮੈਨੂੰ ਤਾਂ ਪਹਿਲਾਂ ਬੁਲਾਰਿਆਂ ਨੇ ਦੱਸਿਆ ਕਿ ਬੜੀ ਵਧੀਆ ਭਰਤੀ ਸਾਡੇ ਪੂਰੇ ਸਾਰੇ ਪੰਜਾਬ 'ਚ ਜੇ ਪ੍ਰਾਈਮਰੀ ਸ਼ਹਿਰ ਜ਼ਿਲ੍ਹੇ 'ਚ ਹੋਈ ਆ। ਟੀਮ ਵਰਕ ਸੀ ਤਾਂ ਹੀ ਇਹ ਕੰਮ ਸਿਰੇ ਚੜ੍ਹ ਸਕਿਆ। ਤੁਹਾਡੇ ਨਾਲ ਮੰਤਰੀ ਸਾਹਿਬ ਨਾਲ, DC ਸਾਹਿਬ ਨਾਲ, DC ਦਫ਼ਤਰ ਬੈਠ ਕੇ ਵੀਡੀਓ ਕਾਨਫਰੰਸ ਕਰਦੇ ਆ, ਪਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਤੁਹਾਡੇ ਨਾਲ ਬੈਠ ਕੇ ਨਹੀਂ ਚਾਹ ਪੀਣੀ, ਮੈਂ ਬਹਾਨੇ ਨਾਲੇ ਜੋ ਗਰਾਊਂਡ 'ਚ ਜਾ ਕੇ ਸਵਾਦ ਆਉਂਦਾ ਉਹ ਕਮਰੇ 'ਚ ਬਹਿ ਕੇ ਨਹੀਂ ਆਉਂਦਾ। ਸ਼ਾਬਾਸ਼ ਸ਼ਾਬਾਸ਼ ਬੱਚੇ। ਇਸੇ ਤਰ੍ਹਾਂ ਜਿਹੜੇ ਮਜ਼ਾਰਾ ਨੌਵਾਦ ਦੇ ਬੱਚੇ ਨੇ ਉਹਨਾਂ ਨੂੰ ਟੈਬ ਵਾਲੀ ਫੰਕਸ਼ਨ ਚੱਲ ਰਿਹਾ ਅਤੇ ਉੱਥੋਂ ਵਾਰ ਵਾਰ ਫੋਨ ਆ ਰਹੇ ਨੇ, ਇਸ ਕਰਕੇ ਆਪਾਂ ਰਾਤ ਜਿੰਨੀ ਵੀ ਕੋਸ਼ਿਸ਼ ਹੁੰਦੀ ਇਹਨਾਂ ਦੀ ਕਿ ਹਲਕੇ ਦੀ ਸੇਵਾ ਕੀਤੀ ਜਾਵੇ ਕਰ ਰਹੇ ਨੇ। ਸ਼ਹਿਰ ਦਿੱਤਾ ਜਾਣਾ ਸ਼ਾਇਦ ਬਹੁਤ ਜਲਦੀ ਉਹ ਬਣ ਜਾ ਰਿਹਾ ਸਾਡੇ ਇਲਾਕੇ ਦੇ ਵਿੱਚ। ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਲੈਵਲ ਦਾ ਜਿਹੜਾ ਇੱਕ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੱਖ ਵੱਖ ਸਕੂਲਾਂ ਵਿੱਚ ਜਿਹੜੇ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਆ ਜਿਹੜੀ ਪੜ੍ਹਾਈ ਕਰਨ ਸਕੂਲਾਂ ਜਾਂਦੀ ਆ ਉਹਨਾਂ ਨੂੰ ਟੈਕਨੋਲੋਜੀ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਜਿਹੜੇ ਟੈਬਲੇਟਸ ਦਿੱਤੇ ਗਏ ਆ ਸਕੂਲਾਂ ਨੂੰ, ਔਰ ਉਸ ਤੋਂ ਇਲਾਵਾ ਜਿਹੜੇ ਹੋਰ ਸਕੂਲ ਆ ਉਹਨਾਂ ਨੂੰ ਸਮਾਰਟ ਸਕੂਲ ਬਣਾਉਣ ਵਾਸਤੇ ਜੋ ਵੀ ਇਨਫਰਾਸਟ੍ਰਕਚਰ ਦੀ ਲੋੜ ਸੀ, ਭਾਵੇਂ ਕੋਈ ਪ੍ਰੋਜੈਕਟਰ ਸੀ ਜਾਂ ਹੋਰ ਕੋਈ ਚੀਜ਼ਾਂ ਜਿਹੜੀਆਂ ਸਕੂਲਾਂ 'ਚ ਚਾਹੀਦੀਆਂ ਸੀਗੀਆਂ, ਉਹਦਾ ਇਨਫਰਾਸਟ੍ਰਕਚਰ ਵਿੱਚ ਵੀ ਜਿਹੜਾ ਵਾਧਾ ਕੀਤਾ ਗਿਆ। ਔਰ ਇਹ ਅੱਜ ਦੇ ਕਰੋਨਾ ਦੀ ਮਹਾਂਮਾਰੀ ਵਿੱਚ ਇਸ ਸਮੇਂ ਵਿੱਚ ਬਹੁਤ ਜ਼ਰੂਰੀ ਹੈ, ਕਿਉਂਕਿ ਟੈਕਨੋਲੋਜੀ ਦਾ ਯੁੱਗ ਆ, ਔਰ ਅੱਜ ਜੇ ਨਵੀਂ ਪੀੜ੍ਹੀ ਨਵੇਂ ਬੱਚੇ ਜੇ ਟੈਕਨੋਲੋਜੀ ਨਾਲ ਨਹੀਂ ਜੁੜੂਗੇ ਤਾਂ ਆਪਾਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਵਾਂਗੇ। ਸੋ ਮੈਂ ਇਸ ਗੱਲ ਦੀ ਪੰਜਾਬ ਸਰਕਾਰ ਨੂੰ, CM ਸਾਹਿਬ ਨੂੰ, ਔਰ ਵਿਜੇਂਦਰ ਸਿੰਗਲਾ ਜੀ ਨੂੰ, ਔਰ ਖਾਸ ਤੌਰ 'ਤੇ ਸੈਕਟਰੀ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਅਤੇ ਸਾਰੇ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਆ, ਟੀਚਰ ਸਾਹਿਬਾਨ ਆ, ਜਿਹੜਾ ਕਲੈਰੀਕਲ ਸਟਾਫ ਆ, ਜਿਨ੍ਹਾਂ ਨੂੰ ਅੱਜ ਦੇ ਇਸ ਪ੍ਰੋਗਰਾਮ 'ਤੇ ਸਰਕਾਰ ਵੱਲੋਂ ਜਿਹੜੀ ਪ੍ਰਾਪਤੀ ਹੋਈ ਆ ਉਹਨਾਂ ਨੂੰ ਕੁਛ ਨਾ ਕੁਛ ਮਿਲਿਆ, ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਉਹਨਾਂ ਨੂੰ। ਦੇਖੋ ਪੂਰੇ ਪੰਜਾਬ ਵਿੱਚ ਲਗਭਗ 2,650 ਜਿਹੜੇ ਟੈਬ ਫਸਟ ਬੈਚ ਵਿੱਚ ਇਹਨਾਂ ਨੇ ਦਿੱਤੇ ਆ, ਉਹਦੇ ਹਿਸਾਬ ਨਾਲ ਪਾਪੂਲੇਸ਼ਨ ਦੇ ਪ੍ਰਪੋਰਸ਼ਨੇਟਲੀ ਨਵਾਂਸ਼ਹਿਰ ਨੂੰ ਮੇਰੇ ਖਿਆਲ ਅਪਰੋਕਸੀਮੇਟਲੀ 60 ਕੁ ਜਿਹੜੇ ਟੈਬਸ ਦਿੱਤੇ ਗਏ ਆ, ਔਰ ਇਹ ਪਹਿਲਾ ਬੈਚ ਆ। ਇਸ ਤੋਂ ਬਾਅਦ ਜਿਵੇਂ ਜਿਵੇਂ ਹੋਰ ਉਹ ਆਪਣੇ ਪਿੱਛੇ ਉਹ ਆਰਡਰ ਆਉਂਦਾ ਰਹੂਗਾ ਤਾਂ ਨਾਲ ਦੀ ਨਾਲ ਹੀ ਉਹ ਜਿਹੜੇ ਅੱਗੇ ਡਿਸਟ੍ਰੀਬਿਊਟ ਹੁੰਦੇ ਰਹੂਗਾ।